ਦੇਖੋ ਆਪਣੀ ਵੋਟ ਕਿਸੇ ਨੂੰ ਬਿਮਾਰੀ ਲੱਗ ਸਕਦੀ ਹੈ। ਹਾਂਜੀ ਪ੍ਰਧਾਨ ਜੀ, ਸਾਰਿਆਂ ਨਾਲੋਂ ਪਹਿਲਾਂ ਦੱਸੋ ਵੀ ਫੋਟੋ ਕਿਹੋ ਜਿਹੀ ਲੱਗੀ ਤੁਹਾਨੂੰ? ਦੇਖੋ ਆਪਣੀ ਵੋਟ ਕਿਸੇ ਨੂੰ ਬਿਮਾਰੀ ਲੱਗ ਸਕਦੀ ਹੈ। ਹਾਲਾਂਕਿ ਸਕੈਚ ਹੈਗਾ। ਹਾਂਜੀ ਥੈਂਕ ਯੂ। ਮਤਲਬ ਕੀ ਕਹਿਣਾ ਚਾਹੋਗੇ ਇਹਨਾਂ ਦੀ ਕਲਾਕਾਰੀ ਬਾਰੇ? ਦੇਖੋ ਇਹਨਾਂ ਦੀ ਕਲਾਕਾਰੀ ਨੂੰ ਆਪਾਂ ਨੂੰ ਵੇਖਦੇ ਹਾਂ ਬਹੁਤ ਸਮਾਂ ਹੋ ਗਿਆ। ਇਹ ਨਹੀਂ ਕਿਹਾ ਮੇਰੀ ਫੋਟੋ ਬਣਾ ਕੇ ਆਉਂਦੇ, ਮੈਂ ਤਾਂ ਕਰਕੇ ਇਹਨਾਂ ਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਜਾਂ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਦਿਆਂ ਕਿ ਪਿੱਛੇ ਸਮੇਂ 'ਚ ਬੜੇ ਇਹਨਾਂ ਨੇ ਬਣਾਏ ਹੋਏ। ਮੈਂ ਸਕੈਚ ਮੇਰੇ ਆਪਣੇ ਦੋ ਮਿੱਤਰ ਦੇ ਦੇਖੇ ਨੇ। ਇੱਕ ਨਾ ਸ਼ੌਕ ਹੁੰਦਾ ਹੈ, ਕੋਈ ਆਰਟ ਹੁੰਦਾ, ਕੋਈ ਡਰਾਮੇ 'ਚ ਆਪਾਂ ਵੇਖਦੇ ਹਾਂ, ਕੋਈ ਨਾਟਕ ਜਿਸ ਤਰ੍ਹਾਂ ਕੋਈ ਰੋਲ ਅਦਾ ਕਰਦਾ ਹੈ। ਇਹ ਵੀ ਇੱਕ ਸ਼ੌਕ ਇਹਨਾਂ ਦੇ ਕੰਮ ਕਰਨ ਦਾ, ਅਤੇ ਸ਼ੌਕ ਤਾਂ ਹੀ ਪੈਦਾ ਹੁੰਦਾ ਜੇ ਮਨ 'ਚ ਚੇਤਨਾ ਲੱਗੀ ਹੁੰਦੀ ਹੈ। ਅਤੇ ਇਹਨਾਂ ਦੇ ਮਨ 'ਚ ਚੇਤਨਾ, ਇਹਨਾਂ ਨੇ ਬੜੇ ਵਧੀਆ ਥਾਵਾਂ 'ਤੇ ਵੇਖੀ ਦਾ, ਜਦੋਂ ਨਿਊਜ਼ ਵੀ ਆਪਣੇ ਕੋਲ ਇਹਨਾਂ ਦੀ ਆਉਂਦੀਆਂ ਨੇ, ਅਤੇ ਇਹਨਾਂ ਨੇ ਜਦੋਂ ਭੇਟ ਕਰਦੇ ਨੇ ਚਿੱਤਰ, ਤਾਂ ਇਹ ਬੜਾ ਵਧੀਆ ਇਹਨਾਂ ਦਾ ਇੱਕ ਸ਼ੌਕ ਹੈ ਮਨ ਦਾ, ਅਤੇ ਬੜੀ ਵਧੀਆ। ਮੈਂ ਇਹਨਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਵੀ ਦਿੰਦਾ ਜਿਹਨਾਂ ਨੇ ਇਹ ਚੁਣਿਆ, ਅਤੇ ਇਸ ਗੱਲ 'ਤੇ ਪਰ ਇਹੀ ਕਹਾਂਗੇ ਇਸ ਹੋਰ ਇਹਦੇ ਤਰੱਕੀ ਕਰਨ ਅਤੇ ਬੁਲੰਦੀਆਂ 'ਤੇ ਪਹੁੰਚਣ। ਅਤੇ ਸਾਡੇ, ਮੈਂ ਅੱਗੇ ਇਹਨਾਂ ਨਾਲ ਗੱਲ ਕਰ ਰਿਹਾ ਸੀ, ਸਾਡੇ ਮੇਰੇ ਦੋਸਤ ਨੇ ਉਹ ਮੈਂ ਜਲੰਧਰ ਦੇਖ ਕੇ ਆਇਆ, ਅਤੇ ਉਹਨਾਂ ਦੀ ਵੀ ਇਸੇ ਤਰ੍ਹਾਂ ਆਰਟ ਦੇ ਵਿੱਚ ਬੜੀ ਕਲਾ ਸੀ ਜਿਵੇਂ ਇਹਨਾਂ 'ਚ ਗਲੋਥ ਜੀ ਵਿੱਚ ਹੈਗੀ ਹੈ। ਅਤੇ ਇਹਨਾਂ ਨਾਲ ਨਾਂ ਬਣਾਇਆ ਫਾਜ਼ਿਲਕਾ ਵਿੱਚ, ਅਤੇ ਅਸੀਂ ਪਰਮਾਤਮਾ ਦੀ ਦੁਆ ਕਰਦੇ ਹਾਂ ਇਹ ਪੰਜਾਬ ਵਿੱਚ ਦੇਸ਼ ਵਿੱਚ ਵੀ ਆਪਣਾ ਨਾਂ ਇਸ ਤਰ੍ਹਾਂ ਕਰਨ, ਅਤੇ ਸਾਡੇ ਵੱਲੋਂ ਜਿਹੜੀ ਕਿਸੇ ਤਾਂ ਵੀ ਤਰ੍ਹਾਂ ਦੀ ਕੋਈ ਹੋਵੇ ਬੈਸਟ ਵਿਸ਼, ਇਹਨਾਂ ਨੂੰ ਮੈਂ ਪਰਮਾਤਮਾ ਅੱਗੇ ਹੀ ਕਹਿੰਦੇ ਹਾਂ ਕਿ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ, ਅਤੇ ਆਪਦੇ ਮਿਸ਼ਨ ਜੋ ਇਹਨਾਂ ਦੇ ਦਿਲ ਵਿੱਚ ਇਹ ਆੜ ਦਾ ਲਿਆ ਉਹ ਪੂਰਾ ਕਰਨ ਦਾ ਪਰਮਾਤਮਾ ਇਹਨਾਂ ਨੂੰ ਪੂਰੀ ਤਾਕਤ ਦੇਵੇ। ਜੀ ਜ਼ਰੂਰ ਪ੍ਰਧਾਨ ਜੀ, ਤੁਹਾਡਾ ਆਸ਼ੀਰਵਾਦ ਕਹਿੰਦੇ ਚਾਹੀਦਾ ਕਿ ਇਹ ਲਗਾਤਾਰ ਇਸ ਖੇਤਰ 'ਚ ਅੱਗੇ ਵਧਣ ਅਤੇ ਹੋਰ ਫਾਜ਼ਿਲਕਾ ਦਾ ਨਾਮ ਵੀ ਰੋਸ਼ਨ ਕਰਨ। ਆਪਣੇ ਲਛਮਣ ਜੀ, ਪ੍ਰਧਾਨ ਜੀ ਦਾ ਚਿੱਤਰ ਬਣਾਇਆ ਗਿਆ ਹੈ, ਲਗਾਤਾਰ ਆਪਦੇ ਆਰਟ ਵਰਕ ਨੂੰ ਅੱਗੇ ਵਧਾ ਰਹੇ ਨੇ ਅਨਿਲ ਗਹਿਲੋਤ ਜੀ, ਕੀ ਕਹਿਣਾ ਚਾਹੋਗੇ? ਦੇਖੋ ਚਿੱਤਰ ਦੇਖ ਕੇ ਨਾ ਮੈਨੂੰ ਬੜੀ ਇੱਕ ਹੈਰਾਨਗੀ ਹੁੰਦੀ ਹੈ ਵੀ ਯਾਰ ਹੂ ਬਹੂ ਚਿੱਤਰ ਬਣਾਉਣਾ ਕੋਈ ਆਸਾਨੀ ਦਾ ਕੰਮ ਨਹੀਂ, ਪਰ ਗਹਿਲੋਤ ਜੀ ਨੇ ਇਹ ਸਾਬਤ ਕਰ ਦਿੱਤਾ ਯਾਰ ਹੂ ਬਹੂ ਤਸਵੀਰ ਲਾਉਣਾ ਅਗਲੇ ਦੀ, ਉਹਦੇ ਵਿੱਚ ਰੰਗ ਭਰਨੇ, ਕਲਾਕਾਰੀ ਦਾ ਇੱਕ ਨਮੂਨਾ ਅਲੱਗ ਪੇਸ਼ ਕਰਨਾ। ਬੜੀ ਮਿਹਰਬਾਨੀ, ਸਲੂਟ ਹੈ ਇਹਨਾਂ ਨੂੰ ਕਿ ਇਹਨਾਂ ਨੇ ਇਸ ਕਲਾਕਾਰੀ ਨੂੰ ਮਤਲਬ ਫਾਜ਼ਿਲਕਾ ਇਲਾਕੇ ਜਿਹੜਾ ਪਿਛੜਾ ਇਲਾਕਾ ਕਹਿੰਦੇ ਸੀ ਉੱਥੇ ਜਿੰਦਾ ਰੱਖਿਆ, ਉੱਥੇ ਜਿੰਦਾ ਸਾਡੇ। ਅਸੀਂ ਤਾਂ ਅਰਦਾਸ ਕਰਦੇ ਹਾਂ ਰੱਬ ਨੂੰ, ਵਾਹਿਗੁਰੂ ਨੂੰ, ਕਿ ਇਹ ਸਿਰਫ ਫਾਜ਼ਿਲਕਾ ਹੀ ਨਹੀਂ ਜਾਂ ਜ਼ਿਲ੍ਹਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਤਰੱਕੀ ਕਰਨ, ਸਾਡੇ ਵੱਲੋਂ ਇਹ ਦੁਆਵਾਂ ਨੇ। ਫੋਟੋ ਹੀ ਲੱਗ